अमृतसर राम तीर्थ रोड से बीते दिन एक नौजवान नू कुछ गैंगस्टरां दे वल्लों गोलियां दे नाल भुन दिता गया सी। परिवार ने पुलिस ते आरोप लगाउंदे हुए कहा कि पुलिस दे वल्लों गैंगस्टरां दी हमायत की गई अते रात नू उन्हां दे घर आके परिवार दे नाल कुटमार भी की गई अते उस दे वल्लों धमकी भी दी गई है कि हले तो एक ही मरिया ते तुहाडे परिवार दे हले पंज होरां नू भी मारना है। जिसे रोस दे वजो परिवार ने पुलिस ते गैंगस्टरां दे वल्लों मिली भुगत ते आरोप लगाउंदिआं राम तीर्थ रोड नू पूरी तरह जाम करदिआं उक्त पुलिस अफसर नू बरखास्त करन दी मंग कीती जा रही है। ਇੱਦਾਂ ਗੱਲ ਹੋਣ ਦੀ ਮੈਂ ਹੱਥ ਬੜੇ ਜੋੜੇ ਆ ਪਰ ਉਸਨੇ ਨਹੀਂ ਮੰਨੀ ਉਹਨੇ ਮੇਰੇ ਡਾਂਗਾ ਮਾਰੀਆਂ ਜਿਹੜਾ ਉਹਦੇ ਕੋਲ ਛੋਟਾ ਹੀ ਆ ਵੇਖੋ ਮੇਰੀ ਬਾਹ ਤੇ ਮਾਰੀ ਹੈ ਤਲੈਸ਼ੀ ਲਈ ਇਹ ਗੁੱਡੀ ਦੀ ਤਲੈਸ਼ੀ ਲਈ ਆਖਿਆ ਸਾਡੇ ਘਰ ਲੋਥ ਪਈ ਦੂਜੀ ਤੂੰ ਤਲੈਸ਼ੀ ਲੈਣ ਡਿਆ ਤੇਰਾ ਕੰਮ ਨਹੀਂ ਇਹ ਬਣਦਾ ਪਰ ਉਹਨੇ ਦਾਰੂ ਪੂਰੀ ਪੀਤੀ ਉਹਨੇ ਸਾਡੀ ਕੋਈ ਸੁਣੀ ਨਹੀਂ ਗੀ ਹੁਣ ਸਾਡੀ ਮੰਗ ਇਹ ਵੀ ਇਹਦੀ ਬੱਤੀ ਲੱਥਣੀ ਚਾਹੀਦੀ ਇਹ ਭਰਾ ਮੇਰਾ ਅਤੇ ਮੈਂ ਮੇਰੀ ਮੰਮੀ ਅਤੇ ਅਸੀਂ ਜਾਉਂਦੇ ਹੋਸਪਿਟਲ ਆਉਂਦੇ ਹਾਂ ਅਤੇ ਕੁਲਵੰਤ ਅੰਕਲ ਨੇ ਮੇਰੇ ਭਰਾ ਦੀ ਵੀ ਤਲਾਸ਼ੀ ਕੀਤੀ ਮੇਰੀ ਵੀ ਕੀਤੀ ਮੇਰੀ ਮੰਮੀ ਦੀ ਵੀ ਕੀਤੀ ਮੇਰੇ ਚਪੇੜਾਂ ਮਾਰੀਆਂ ਵੱਟ ਵੱਟ ਕੇ ਉਹਨੇ ਦੋ ਅਤੇ ਡੰਡਾ ਮਾਰ ਲੱਗਾ ਮੇਰੇ ਭਰਾ ਨੇ ਡੰਡਾ ਫੜ ਲਿਆ ਉਹਦੇ ਕੋਲ ਫਿਰ ਉਹੀ ਡੰਡਾ ਫੜ ਕੇ ਉਹਨੇ ਉਹਦੇ ਮਾਰਿਆ ਕਿ ਤੈਨੂੰ ਕਿੱਦਾਂ ਪਤਾ ਲੱਗੂ ਕਿੱਦਾਂ ਲੇਡੀਜ਼ ਦੇ ਹੱਥ ਚੁੱਕੀ ਦਾ ਏ ਹੈ ਉੱਤੋਂ ਲੇਡੀ ਉੱਤੋਂ ਸਾਡੇ ਦੇ ਪਰਚੇ ਕੀਤੇ ਹੈ ਉੱਤੋਂ ਸਾਡਾ ਭਰਾ ਮਰ ਗਿਆ ਤੂੰ ਤੁਹਾਨੂੰ ਘਰੇ ਆਣ ਕੇ ਹੱਥ ਚੁੱਕਦੇ ਸਾਡੇ 'ਤੇ ਇਹ ਕਿੱਦਾਂ ਦਾ ਇਨਸਾਫ ਹੈ ਇੱਕ ਤਾਂ ਮੈਂ ਕਹਿੰਦੀ ਵਰਦੀ ਲਾ ਜੇ ਤਾਂ ਇੱਕ ਜੇਲ੍ਹ ਹੋ ਜਾਵੇ ਪਰੇ ਇਹਨੂੰ ਕੰਜਰ ਨੂੰ ਮਾਮਲਾ ਸਰ ਇਹ ਹੈ ਵੀ ਸਾਡੀ ਕਲੋਨੀ 'ਚ ਕੱਲ੍ਹ ਹੋਇਆ ਸੀਗਾ ਮਰਡਰ ਜੀ ਕੋਈ 7:30 ਵਜੇ ਦੇ ਕਰੀਬ ਜੀ ਉਸ ਤੋਂ ਬਾਅਦ ਦੇ ਵਿੱਚ ਰਾਤੀ ਆਇਆ ਕੁਲਵੰਤ ਥਾਣੇਦਾਰ ਜੀ ਕੁਲਵੰਤ ਥਾਣੇਦਾਰ ਮੁਲਾਜ਼ਮ ਜੀ ਡਿਊਟੀ ਉਹਦੀ ਚੁਕਾਵੇਂ ਲੁੱਪ ਹੋ ਕੇ ਚੁਕਾਵੇਂ ਡਿਊਟੀ ਆ ਜੀ ਏਰੀਆ ਨਹੀਂ ਪੈਂਦਾ ਜੀ ਉਹਦਾ ਵੀ ਨਹੀਂ ਏਰੀਆ ਪੈਂਦਾ ਜੀ ਠੀਕ ਹੈ ਜੀ ਉਹ ਆਇਆ ਵਾ ਸਾਡੀਆਂ ਭੈਣਾਂ ਹਸਪੀਟਲ ਆਉਂਦੀਆਂ ਸੀ ਲਾਸ਼ ਕੋਲੋਂ ਜੀ ਉਹਨਾਂ ਦੇ ਉੱਤੇ ਉਹਨੇ ਆ ਕੇ ਹੱਥ ਚੁੱਕਿਆ ਛੋਟੀ ਜਿਹੀ ਬੱਚੀ ਆ ਉਹਦੇ ਉਹਨੇ ਥੱਪੜ ਮਾਰੇ ਉਹਦੀ ਉਹਨੇ ਤਲਾਸ਼ੀ ਲਈ ਆ ਇੱਕ ਭੈਣ ਦੇ ਉਹਨੇ ਬਾਂਹ ਤੋੜੀ ਆ ਸੱਟ ਮਾਰੀ ਉਹਨੇ ਬਾਂਹ ਦੇ ਉੱਤੇ ਸੱਟ ਲੱਗੀ ਆ ਇੱਕ ਮੁੰਡੇ ਦੇ ਉਹਨੇ ਸਿਰ 'ਚ ਡਾਂਗ ਮਾਰੀ ਆ ਠੀਕ ਹੈ ਜੀ ਅਤੇ ਜੇ ਪੁਲਿਸ ਪ੍ਰਸ਼ਾਸਨ ਹੀ ਇਹੋ ਕੁਛ ਕਰੂਗੀ ਤੇ ਫਿਰ ਸਾਡਾ ਆਮ ਬੰਦਿਆਂ ਦਾ ਕੀ ਆ ਠੀਕ ਹੈ ਜੀ ਆਹ ਭੈਣ ਦੇ ਉੱਤੇ ਸੱਟ ਵੱਜੀ ਹਾਂਜੀ ਦਿਮਾਗ ਖਰਾਬ ਆ ਜੀ ਉਹਦਾ ਦਿਮਾਗ ਖਰਾਬ ਆ ਹੋਰ ਕੁਛ ਨਹੀਂ ਜੀ ਠੀਕ ਆ ਅਸੀਂ ਕਿਹਾ ਵੀ ਸਾਡੇ ਘਰ ਲਾਸ਼ ਪਈ ਜਾਂਦਾ ਜੀ ਇੱਕ ਦੋ ਹੋਰ ਆਉਣੀਆਂ ਇੱਕ ਦੋ ਹੋਰ ਲਾਸ਼ਾਂ ਮਰਨੀਆਂ ਜੀ ਇੱਕ ਦੋ ਹੋਰ ਤੁਹਾਡੇ ਬੰਦੇ ਮਰਨੇ ਆ ਠੀਕ ਹੈ ਜੀ ਨਾ ਉਹਦਾ ਏਰੀਆ ਪੈਂਦਾ ਏ ਨਾ ਉਹਦਾ ਅਸੀਂ ਇਹੋ ਇਨਸਾਫ ਮੰਗਦੇ ਹਾਂ ਵੀ ਜੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਹੀ ਲੇਡੀਜ਼ ਦੇ ਉੱਤੇ ਹੱਥ ਚੁੱਕਣਾ ਤਾਂ ਫਿਰ ਆਪਾਂ ਲੇਡੀਜ਼ ਕੀ ਕਰਨ ਨੂੰ ਪੰਜਾਬ ਪੁਲਿਸ 'ਚ ਰੱਖੀਆਂ ਫਿਰ ਉਹਨਾਂ ਨੂੰ ਘਰ ਨੂੰ ਘੱਲੋ ਕਿਉਂ ਆਪਾਂ ਤਨਖਾਹਾਂ ਦਿੰਦੇ ਠੀਕ ਹੈ ਜੀ ਸਾਡੀ ਭੈਣ ਦੇ ਉੱਤੇ ਉਹਦਾ ਗੁੱਟ ਟੁੱਟਾ ਵਾ ਉਹਦੇ ਸੱਟ ਲੱਗੀ ਆ ਸਾਰਾ ਕੁਛ ਇਹਦੇ ਸਿਰ 'ਚ ਮਾਰਿਆ ਜੀ ਇੱਕ ਛੋਟੀ ਆਵੇ ਬੇਟੀ ਸਾਡੀ ਠੀਕ ਆ ਇਹਦੇ ਉਹਨੇ ਹੱਥ ਚੁੱਕਿਆ ਤਲਾਸ਼ੀ ਕੀਤੀ ਆ ਇਕੱਲੇ ਨੇ ਕੀਤੀ ਆ ਜੀ ਇਕੱਲੇ ਨੇ ਕੀਤੀ ਆ ਮੁਲਾਜ਼ਮ ਦੋ ਉਹਦੇ ਨਾਲ ਹੋਰ ਸੀ ਪਰ ਉਹਨਾਂ ਨੇ ਨਹੀਂ ਹੱਥ ਲਾਇਆ ਇਹਨੇ ਇਕੱਲੇ ਨੇ ਕੀਤੀ ਆ ਮਾਰ ਕਟਾਈ ਕੀਤੀ ਆ ਇਕੱਲੇ ਨੇ ਇਹਨੇ ਤਲਾਸ਼ੀ ਕੀਤੀ ਸਾਡੀਆਂ ਭੈਣਾਂ ਦੀ ਠੀਕ ਆ ਜੀ ਠੀਕ ਆ ਜੀ ਇੱਕ ਮਰਿਆ ਪੰਜ ਹੋਰ ਮਾਰਨੇ ਅਸੀਂ ਸਿਰਫ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਇਹਨੂੰ ਡਿਸਮਿਸ ਕੀਤਾ ਜਾਵੇ ਠੀਕ ਆ ਜੀ ਇਹਨੇ ਤਾਂ ਸਾਡਾ ਜੀਣਾ ਹਰਾਮ ਕੀਤਾ ਇੱਥੇ ਰਾਤ ਨੂੰ ਰੇੜੀਆਂ ਲੱਗਦੀਆਂ ਨੇ ਜੀ ਉਹਨਾਂ ਦੀ ਰੇੜੀਆਂ ਦੀ ਆ ਕੇ ਤਲਾਸ਼ੀਆਂ ਕਰਦਾ ਤੁਸੀਂ ਸਮੈਕ ਵੇਚਦੇ ਜੀ ਉਹ ਸਮੈਕ ਵੇਚਦੇ ਆ ਅਤੇ ਉਹ ਵਿਚਾਰੇ ਗੋਲ ਗੱਪੇ ਨਿਊਡਲ ਲਾ ਕੇ ਬਹਿਣ ਠੀਕ ਹੈ ਜੀ ਇਹਨੇ ਇੰਨਾ ਕੁ ਜ਼ਿਆਦਾ ਜਦੋਂ ਸਾਡੇ ਕੰਬੋ ਹੁੰਦਾ ਸੀ ਇਹਨੇ ਤਾਂ ਜੀਣਾ ਹਰਾਮ ਕੀਤਾ ਸੀ ਹੁਣ ਉੱਥੇ ਚੱਲ ਗਿਆ ਅਤੇ ਉੱਥੋਂ ਵੀ ਸਾਡਾ ਖੇੜਾ ਨਹੀਂ ਛੱਡਦਾ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਆਏ ਆ ਠੀਕ ਹੈ ਜੀ ਪਰ ਸਾਡੀ ਕੋਈ ਸੁਣਵਾਈ ਨਹੀਂ ਆ ਠੀਕ ਹੈ ਜੀ ਸਾਨੂੰ ਆਉਂਦੇ ਅਸੀਂ ਉੱਤੇ ਗੱਲ ਕਰਕੇ ਦੱਸਦੇ ਹਾਂ ਅਸੀਂ ਕਿਹਾ ਜੀ ਠੀਕ ਆ ਅਸੀਂ ਸਿਰਫ ਇਹੋ ਮੰਗ ਕਰਦੇ ਹਾਂ ਇਹ ਨਹੀਂ ਡਿਸਮਿਸ ਹੁੰਦਾ ਅਸੀਂ ਆਪਦੇ ਭਰਾ ਦੀ ਇੱਥੇ ਲਾਸ਼ ਲੈ ਕੇ ਬਵਾਂਗੇ ਧਰਨਾ ਦੇਵਾਂਗੇ ਭਾਵੇਂ ਸਾਨੂੰ 4 ਦਿਨ ਲੱਗ ਜਾਣ ਭਾਵੇਂ ਸਾਨੂੰ 10 ਦਿਨ ਲੱਗ ਜਾਣ ਅਸੀਂ ਬਜ਼ੁਰਗ ਨੇ ਕੀ ਗੱਲ ਆ ਰਿਸ਼ੀ ਮਟੂ ਜੀ ਰਾਸ਼ਟਰੀ ਪ੍ਰਧਾਨ ਵਾਲਮੀਕ ਸਮਾਜ ਤੋਂ ਜੀ ਇਹ ਜੀ ਇੱਕ ਕਤਲ ਹੁੰਦਾ ਗੋਲੀਆਂ ਮਾਰ ਕੇ ਵੀਰ ਦਾ ਕਤਲ ਕੀਤਾ ਜਾਂਦਾ ਆ ਉਸ ਤੋਂ ਬਾਅਦ ਆ ਕੁਲਵੰਤ ਸਿੰਘ ਹੌਲਦਾਰ ਜੋ ਕਿ ਲੋਪੋਕੋਏ ਦਾ ਉਹਦਾ ਏਰੀਆ ਬੰਦਾ ਵੀ ਨਹੀਂ ਸੀ ਇੱਥੇ ਆਉਂਦਾ ਅਤੇ ਭੈਣਾਂ ਦੀ ਤਲਾਸ਼ੀ ਕਰਦਾ ਆ ਅਤੇ ਉਹਨਾਂ ਨਾਲ ਮਾਰ ਕਟਾਈ ਵੀ ਕਰਦਾ ਆ ਅਤੇ ਉਸ ਤੋਂ ਬਾਅਦ ਆ ਜਿਹੜੇ ਉਹਨਾਂ ਨਾਲ ਹੱਥੋਪਾਈ ਵੀ ਹੁੰਦੀ ਆ ਅਤੇ ਉਹ ਵੀ ਇਹਨਾਂ ਨਾਲ ਹੱਥੋਪਾਈ ਕਰਦਾ ਆ ਅਤੇ ਬਾਅਦ ਵਿੱਚ ਇਹਦੇ ਸੰਬੰਧ ਵਿੱਚ ਇਹ ਤਾਂ ਨਾ ਲੱਗਦਾ ਜੀ ਧੀਆਂ ਨਾਲ ਜਿਹੜਾ ਬਹੁਤ ਗੰਦੀਆਂ ਹਰਕਤਾਂ ਕਰਕੇ ਗਿਆ ਮੰਗ ਇਹੀ ਕਰਦੇ ਆ ਕਿ ਉਹਦੇ ਬੰਦੀ ਧਰਾਵਾਂ ਤਹਿਤ ਪਰਚਾ ਕੀਤਾ ਜਾਵੇ ਅਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਪੁਲਿਸ ਦੇ ਜੀ ਗੋਲਮੋਲ ਟੋਲੀ ਹੋਏ ਗੁੰਗਲੂਆਂ ਦਾ ਘੱਟਾ ਝਾੜਨ ਵਾਲੀ ਗੱਲ ਹੈ ਜੀ
पुलिस अगे भी यो करती होंगी है तो हूँ भी यो कर रही है भी हम जो भी पुलिस मुलाजम का कोई भी पुलिस का बंदा हों कार्रवाई छेती करते नहीं है पता नहीं क्यों डरते हैं जो गंदा बंदा तो कार्रवाई करके उन्होंने डिसमिस किया जाए अं तो यही मांग करते हैं पर हूँ पुलिस ये कहती है भी असं वेरीफाई करा परिवार को दो दिन का टाइम दो करो ये करो पर मैनू लगता है कुछ होना नहीं उतने कोई कार्रवाई नहीं होनी तो असी परिवार के नाल वाल्मीक समाज उन्होंने नाल है जितों तक हो सके संघर्ष करा पूरे पंजाब संघर्ष करा जो कि परिवार को इंसाफ दवाया जा सके इन्होंने तो चौं पंजा जणां दे सट्टां लगिया आ लेडीज़ के वो गंदियां हरकतां करता ही कलियां वो हथों पाई हुई है दो तीन मुलाजम होर ही उन्होंने कोई उन्होंने झरीट दिखा नहीं आई क्योंकि उन्हें गंदियां हरकतां कीतियां तो छित्र खाने के काबिल तो छित्र खा के गया जी। देखो जी जे घर आए धियां भैन की तो उन्होंने कपड़े लवा के मतलब उन्होंने हाथ मारन दिया तो की परिवार उन्होंने बख्शेगा वो तो फिर कोटी खाएगा ना तो नाले एरिया बनता भी नहीं लोपो के चगावे इन्हों थाना जिहड़ा हेर कंबो पैन दिया धरना तद तक जारी रहेगा जब तक सानू एफ आई आर की कापी नहीं दी जाती वे परचा नहीं कट्टा जाता उन्हें चक्कर धरना जारी रहेगा। साडा एक कलवंत नाम का लड़का जो पहला कपूर थाने चो पोस्टिंग रही उहदी उहदे नाल कुछ बंदिया का कोई इतराज है जी वह क्यों आया ड्यूटी दे रात साडे महल्ले दे विच भी उन्हें कोई गलत लफ्ज बोले जी वह लेडीज़ नूं गलत बोलिया जां जेंट्स नूं गलत बोलिया साडे ध्यान च है भी इंस्पैक्टर अमरीक सिंह ते एस एच ओ कबो सतेंद्रपाल भी नाल सीगे कोई इदां दी गल साढ़े इन्हां दे ध्यान च नहीं भी इदां दी गल उन्हें की हालांकि उन्हों तकरारबाजी में उन्होंने कुछ बंदिया ने जरूर सट्टा मारियां वह हस्पताल दाखिल हैगा देख भी सकते हैं असीं तां इन्हां नूं कहा भी साढ़े नाल जाके चैक कर लो ठीक है ना ये उहदे खिलाफ़ बोलते जी उहनूं सस्पेंड किया जाए असीं इन्हां नूं समझाउण की कोशिश करते हैं जिहड़े सियाणे बंदे विच समझा भजा के लोगों का कहना है कि कुलवंत सिंह वल्लों लेडीज़ की तलाशी ले गई और ड्रिंक भी की हुई नहीं। देखो पहली गल तो भी वह शराब नूं उन्हें अज तक साडी जो गरंटी आ देखो मुलाजम ठीक है कुछ मुलाजम दारू पी भी लेंदे असीं सारयां दी सौह नहीं खांदे पर वह बंदा शराब नहीं पीता उन्हें टच करके भी नहीं देखी शराब अज तक जो टेस्ट भी नहीं देखा जो साढ़े ध्यान में आ भी वह बंदे ने शराब नहीं कदे पीती ये तो बिल्कुल ही इल्जाम गलत हैगा भी आपां उन्हें एकदम कह देना शराब पीती सी जो लेडी नूं समझदार हैगा वो इदां दी कोई गलबात नहीं हुई असीं फिर भी वेरीफाई करांगे तकरार तो सानू जो लगता इन्हां दे मन च ये होना भी वो सट्टां लगियां भी साढ़े खिलाफ़ कार्रवाई ना कर दें ठीक है ना सट्ट लगन दा कोई कारण तो बणिया हैगा। हाँ जी उन्हें सट्ट लगन दा कोई कारण तो बणिया हैगा कारण ब्रदर देखो उत्थे हालात कई वारी इदां दे सीगे कोई देखो साडा हुंदा भी कोई बाहरों बंदा आ के होर ना उत्थे कोई शरारत कर दे वो भी यही कर रहे सी उत्थे गड्डी आई सी एक गड्डी उन्होंने रोकया भी भाई पुछया तुसी कौन आ वो बंदे गुस्सा करके इस गल दई भी तू सानू रोकया क्यों आ की कारवाई की जा रही है। हाँ जी हुण की कारवाई की जा रही है कार्रवाई साडा तो मेन यही है भी इन्हों समझा बुझा के इन्हों कही भाई तुम इतों धरना चको आप क्यों परेशान आप भी होंने लोगों को करते हो कुलवंत सट्टा लगियां खिलाफ़ उन्होंने बयान के कार्रवाई कर भी असं जो बयान लिखाऊगा अं जो बनती कार्रवाई करा। हाँ जी।